ਇਹ ਜਿਹੜਾ ਕਰੋਨਾ ਵਾਇਰਸ ਹੈ ਜਿਹੜਾ ਇਸ ਵੇਲੇ ਸਾਰੀ ਵਰਲਡ ਦੇ ਵਿੱਚ ਫੈਲ ਗਿਆ ਆਪਣੇ ਨਿਊਯਾਰਕ ਦੇ ਵਿੱਚ ਵੀ ਹੈ ਅਮਰੀਕਾ ਦੀ ਵੀ ਹਰ ਸਟੇਟ ਦੇ ਵਿੱਚ ਕਿੰਨੀਆਂ ਡੈਥਸ ਹੋ ਰਹੀਆਂ ਜੇ ਇਹ ਤੋਂ ਬਚਣਾ ਤੇ ਕੋਈ ਨਾ ਕੋਈ ਸੌਖਾ ਤਰੀਕਾ ਤੁਹਾਨੂੰ ਦਸੀਏ ਤੁਹਾਡਾ ਆਪਣਾ ਇਮਿਊਨ ਸਿਸਟਮ ਸਟਰੋਂਗ ਹੈ ਤੇ ਜਲਦੀ ਬੰਦੇ ਨੂੰ ਪ੍ਰੋਬਲਮ ਨਹੀਂ ਹੁੰਦੀ ਭਾਵੇਂ ਐਸਟੀਡੀ ਐਸਟੀਡੀ ਦਾ ਕੀ ਮਤਲਬ ਕੀ ਹੈ ਸੈਕਸਚੁਅਲੀ ਟ੍ਰਾਂਸਮਿਟਰਡ ਡਿਸੀਜ਼ ਤੇ ਮੈਂ ਕਰੋਨਾ ਵਾਇਰਸ ਤੇ ਵੀ ਗੱਲ ਕਰਾਂਗਾ ਤੇ ਉਹ ਦੇਖ ਤੁਹਾਡੀ ਨੌਲੇਜ ਵਧਾਉਣ ਲਈ ਇਹਨਾਂ ਡੂਰਾ ਕਿ ਸਾਡਾ ਜਿਹੜਾ ਤਰੀਕਾ ਹੁੰਦਾ ਇਮਿਊਨ ਸਿਸਟਮ ਸਟਰੋਂਗ ਕਰਨਾ ਜਿਹੜਾ ਤੁਸੀਂ ਆਪ ਵੀ ਕਰ ਸਕਦੇ ਹੋ ਆਪਣੀ ਟਰਾਈ ਇਹ ਹਰ ਉਸ ਜਗ੍ਹਾ ਤੋਂ ਬਚੋ ਮਤਲਬ ਜਿਆਦਾ ਅੱਜਕੱਲ ਪਬਲਿਕ ਪਲੇਸਿਸ ਜਿੱਥੇ ਜਿਆਦਾ ਰਸ਼ ਹੈ ਉੱਥੇ ਨਾ ਜਾਓ ਬਹੁਤਾ ਕਿਸੇ ਨੂੰ ਐਮਬ੍ਰੇਸ ਨਾ ਕਰੋ ਜੱਫੀਆਂ ਜੁਫੀਆਂ ਪਾਣੀਆਂ ਬੰਦ ਕਰੋ ਜੀ ਗਲੇ ਤੋਂ ਬਾਅਦ 10 ਮਿੰਟ ਚ ਸਾਰੇ ਬਾਡੀ 'ਚ ਫੈਲ ਕੇ ਤੇ 3-4 ਦਿਨ 'ਚ ਬੰਦੇ ਦੀ ਡੈਥ ਹੋ ਜਾਂਦੀ ਏ ਜੇ ਇਸ ਕਰਕੇ ਮੈਂ ਦੱਸਿਆ ਕਿ ਇਸ ਵਾਇਰਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਬਹੁਤਾ ਐਕਸਪੋਜ਼ਰ ਤੋਂ ਬਚੋ ਬਹੁਤਾ ਠੰਡ ਤੋਂ ਬਚੋ ਆਪਣੇ ਆਪ ਨੂੰ ਸ਼ਰੀਰ ਨੂੰ ਗਰਮ ਰੱਖੋ ਆਈਸਕ੍ਰੀਮ ਚਾਕਲੇਟ ਕੋਲਡ ਕਾਫੀ ਕੋਲਡ ਡਰਿੰਕ ਕੋਲਡ ਜੂਸਿਸ ਕੋਲਡ ਬੈਵਰੇजेस ਟ੍ਰਾਈ ਟੂ ਵਾਈ ਕਹਿੰਦਾ ਪਾਲ ਕਰੋਨਾ ਵਾਇਰਸ ਤੋਂ ਬਚਣਾ ਤੇ ਜਿਆਦਾ ਤੋਂ ਜਿਆਦਾ ਠੰਡੀਆਂ ਚੀਜ਼ਾਂ ਥੋੜੇ ਦਿਨ ਲਈ ਅਵਾਈਡ ਕਰ ਦੋ। ਕਿਉਂਕਿ ਡੈਗੀਅਸ ਹੈ ਵਾਇਰਲ ਹੈ ਜਿਆਦਾ ਪਬਲਿਕ প্লেਸਿਸ ਤੋਂ ਬਚੋ ਜਿਆਦਾ ਕੰਟੈਕਟਸ ਨਾ ਹੋ। ਬਾਹਰ ਘੱਟ ਵਿਖ ਲੋ 50 60 60 ਸਾਲ ਦੇ ਬੰਦੇ ਜਿਹੜੇ ਨੇ 60 ਤੋਂ ਉੱਪਰ ਨੇ ਉਹਨਾਂ ਨੂੰ ਅਵਾਈਡ ਇਹ ਹੀ ਕਰੋ ਕਿ ਅੱਜ ਕੱਲ ਥੋੜਾ ਬਾਹਰ ਘੱਟ। ਨਮਸਕਾਰ ਸਤ ਸ੍ਰੀ ਅਕਾਲ ਅਦਾਬ ਮੈਂ ਹਾਂ ਡਾਕਟਰ ਕੁਮਾਰ ਕੁਦਰਤੀ ਜੜੀ ਬੂਟੀਆਂ ਦੇ ਆਯੁਰਵੈਦਿਕ ਹੈਲਥ ਸੈਂਟਰ 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। This is Natural Holistic Herbal Health Center. You are watching Dr. Kumar and you are watching for a pretty long time. Every time when we talk we discuss about some of the topics.

ਕੈਮਿਸਟ ਫਾਰਮਾਸਿਸਟ ਆਰ ਐਨਸ ਵਾਚ ਕਰ ਰਹੇ ਨੇ ਸੋ ਸਮ ਟਾਈਮਸ ਆਈ ਸਪੀਕ ਇਨ ਬੀਟਵੀਨ ਇੰਗਲਿਸ਼ ਸੋ ਦੈਟ ਦੇ ਕੈਨ ਅੰਡਰਸਟੈਂਡ ਵੈਰੀ ਵੈਲ ਅਦਰਵਾਇਜ਼ ਇਟਸ ਈਜ਼ੀ ਫਾਰ ਮੀ ਟੂ ਸਪੀਕ ਇਨ ਇੰਗਲਿਸ਼ ਹਿੰਦੀ ਪੰਜਾਬੀ ਉਰਦੂ ਵਾਟਐਵਰ ਮੇਕ ਯੂ ਫੀਲ ਹੈਪੀ ਸੋ ਅੱਜ ਆਪਾਂ ਭਾਵੇਂ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਕੋਲੇਸਟ੍ਰੋਲ ਦੀ ਕਰੀਏ ਆਰਥਰਾਈਟਿਸ ਦੀ ਕਰੀਏ ਦਰਦਾਂ ਦੀ ਕਰੀਏ ਸੈਕਸ ਪ੍ਰੋਬਲਮ ਦੀ ਕਰੀਏ ਸਕਿਨ ਪ੍ਰੋਬਲਮ ਦੀ ਕਰੀਏ ਪਰ ਕਿਉਂ ਨਾ ਆਪਾਂ ਕਰੋਨਾ ਵਾਇਰਸ ਬਾਰੇ ਕੋਈ ਗੱਲ ਕਰ ਲਈਏ ਕਾਫੀ ਟੈਲੀਫੋਨ ਆਏ ਮੈਨੂੰ ਕਾਫੀ ਵਿਚਾਰੇ ਲੋਕਾਂ ਨੇ ਪੁੱਛਿਆ ਕਿ ਡਾਕਟਰ ਸਾਹਿਬ ਕਰੋਨਾ ਵਾਇਰਸ ਬਾਰੇ ਵੀ ਕੋਈ ਗੱਲ ਕਰੋ ਮੈਂ ਕਿਹਾ ਆਲ ਰਾਈਟ ਨੈਕਸਟ ਟਾਈਮ ਆਪਾਂ ਜਦੋਂ ਸ਼ੋਅ ਕਰਾਂਗੇ ਆਪਾਂ ਸ਼ੁਰੂ ਹੀ ਕਰੋਨਾ ਵਾਇਰਸ ਤੋਂ ਕਰ ਲਾਂਗੇ ਦੁਨੀਆ ਵਾਕਿਆ ਹੀ ਬਹੁਤ ਡਰੀ ਹੋਈ ਹੈ ਕਿਉਂਕਿ ਦੇਖੋ ਹਰ ਬੰਦਾ ਡਰਦਾ ਵੀ ਇੱਕਦਮ ਵਾਇਰਸ ਵਾਇਰਸ ਇੱਕ ਐਸੀ ਚੀਜ਼ ਹੈ ਜਿਹਦਾ ਕੋਈ ਜਲਦੀ ਫੜਿਆ ਨਹੀਂ ਜਾਂਦਾ ਵੈਲ ਡਿਪੈਂਡ ਹਾਊ ਮਚ ਕੰਟੈਗਿਅਸ ਇਜ਼ ਥੈਟ ਇਹ ਜਿਹੜਾ ਕਰੋਨਾ ਵਾਇਰਸ ਹੈ ਜਿਹੜਾ ਇਸ ਵੇਲੇ ਸਾਰੀ ਵਰਲਡ ਦੇ ਵਿੱਚ ਫੈਲ ਗਿਆ ਆਪਣੇ ਨਿਊਯਾਰਕ ਦੇ ਵਿੱਚ ਵੀ ਹੈ ਅਮਰੀਕਾ ਦੇ ਵੀ ਹਰ ਸਟੇਟ ਦੇ ਵਿੱਚ ਕਿੰਨੀਆਂ ਡੈਥਸ ਹੋ ਰਹੀਆਂ ਜੇ ਇਹ ਤੋਂ ਬਚਣਾ ਤੇ ਕੋਈ ਨਾ ਕੋਈ ਸੌਖਾ ਤਰੀਕਾ ਤੁਹਾਨੂੰ ਦਸੀਏ ਪਹਿਲਾਂ ਤੇ ਐਨਾ ਡਰੋ ਨਾ ਐਨਾ ਪੈਨਿਕ ਨਾ ਹੋਵੋ ਐਨੇ ਸਟ्रेस ਐਨੀ ਐਂਗਜ਼ਾਇਟੀ ਨਾ ਲੋਕ ਕਿਉਂਕਿ ਮੀਡੀਆ ਨੇ ਜਾਂ ਇਸ ਵੇਲੇ ਕਿਉਂਕਿ ਸਪਰੈਡ ਬਹੁਤ ਹੋਇਆ ਤੇ ਦੁਨੀਆ ਬਹੁਤ ਡਰੀ ਹੋਈ ਹੈ ਬਹੁਤ ਪੈਨਿਕ ਹੋਈ ਹੈ ਡੈਥਸ ਬਹੁਤ ਹੋ ਰਹੀਆਂ ਇਨਫੈਕਸ਼ਸ ਬਹੁਤ ਹੈ ਕੰਟੈਜੀਅਸ ਬਹੁਤ ਹੈ ਵਾਇਰਸ ਕੋਈ ਵੀ ਹੋਵੇ ਤੁਸੀਂ ਮੇਰੇ ਹਜ਼ਾਰਾਂ ਲੱਖਾਂ ਐਪੀਸੋਡ ਇੰਨੇ ਸਾਲਾਂ ਤੋਂ ਦੇਖੇ ਕਿੰਨੀ ਵਾਰੀ ਮੈਂ ਕੋਲਡ ਫਲੂ ਇਮਿਊਨਿਟੀ ਇਨਫਲੂਐਂజా ਵਾਇਰਸ ਤੇ ਐਪੀਸੋਡ ਕਰ ਚੁੱਕਾ ਔਰ ਹਰ ਐਪੀਸੋਡਸ ਦੇ ਵਿੱਚ ਮੈਂ ਇਹ ਹੀ ਦੱਸਿਆ ਕਿ ਜੇ ਤੁਸੀਂ ਵਾਇਰਸ ਤੋਂ ਬਚਣਾ ਤੇ ਆਪਣਾ ਇਮਿਊਨ ਸਿਸਟਮ ਵਧਾਣਾ ਜਿਹੜਾ ਸਾਡਾ ਲਾਈਨ ਆਫ ਟਰੀਟਮੈਂਟ ਹੈ ਕਿਉਂ ਆਪਣੀ ਜੇ ਇਮਿਊਨਿਟੀ ਸਟਰੋਂਗ ਹੈ ਤੇ ਜਲਦੀ ਬੰਦਾ ਫਸਦਾ ਨਹੀਂ ਇਮਿਊਨਿਟੀ ਦਾ ਮਤਲਬ ਕੀ ਹੈ ਇਮਿਊਨਿਟੀ ਦਾ ਮਤਲਬ ਸਿਰਫ ਇਹ ਹੈ ਕਿ ਬਿਮਾਰੀ ਨਾਲ ਲੜਨ ਦੀ ਤਾਕਤ ਜਿਹੜੀ ਹਰ ਇਨਸਾਨ ਦੇ ਅੰਦਰ ਹੁੰਦੀ ਹੈ 90% ਲੋਕਾਂ ਦਾ ਇਮਿਊਨ ਸਿਸਟਮ ਬਹੁਤ ਵੀਕ ਹੈ ਹਰ ਸਾਲ ਤੁਸੀਂ ਦੇਖਦੇ ਜਦੋਂ ਮੌਸਮ ਬਦਲਦਾ ਜਦੋਂ ਅੱਜ ਕੱਲ ਵੀ ਪਿੱਛੇ ਠੰਡ ਦਾ ਕਰਕੇ ਜਾਂ ਜਦੋਂ ਪਾਤਚੜ ਦੇ ਵਿੱਚ ਕਈ ਵਾਰੀ ਕਿਸੇ ਨੂੰ ਪੋਲਨ ਗ੍ਰੇਨ ਅਲਰਜੀ ਹੁੰਦੀ ਹੈ ਕੈਲੀਫੋਰਨੀਆ ਸਾਈਡ ਤੇ ਬੜੀ ਮੈਂ ਦੇਖਿਆ ਵੀ ਹੁੰਦੇ ਆ ਮੇਰੇ ਇੰਨੇ ਸਾਲਾਂ ਤੋਂ ਦਵਾਈ ਜਾ ਰਹੀ ਹੈ ਔਰ ਅਸੀਂ ਭਾਵੇਂ ਉਹ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਹੈ ਭਾਵੇਂ ਇਨਫਲੂਐਂZA ਹੈ ਭਾਵੇਂ ਫਲੂ ਹੈ ਭਾਵੇਂ ਕੋਲਡ ਹੈ ਭਾਵੇਂ ਵਾਇਰਸ ਹੈ ਭਾਵੇਂ ਬ੍ਰੌਂਕਾਈਟਸ ਹੈ ਭਾਵੇਂ ਲੰਗ ਪ੍ਰੋਬਲਮ ਹੈ ਹਰ ਵਾਰੀ ਨਾਲ ਦਵਾਈ ਦੇਈਦੀ ਜਿਸ ਦੇ ਨਾਲ ਇਨਸਾਨ ਦਾ ਇਮਿਊਨ ਸਿਸਟਮ ਸਟਰੋਂਗ ਹੋਵੇ what is immunity immunity is just to fight against, against bacteria or the viral or the contagious problem je tewada apna immune system strong hai te jaldi bande nu problem nahi hundi paave std std da vi matlab ki hai sexually transmitted diseases pehdiya pehdiya bimariyan logan nu ik dooje na sexual contact ton vi ho jandiyan ne oh vi je da immune system strong hai enni jaldi nahi phad jaanda mera bottom line kehnda behal da ke ਜੇ ਮੈਂ ਕਰੋਨਾ ਵਾਇਰਸ ਤੇ ਵੀ ਗੱਲ ਕਰਾਂਗਾ ਤੇ ਉਹਦੇ ਚ ਤੁਹਾਡੀ ਨੌਲੇਜ ਵਧਾਨ ਲਈ ਇਹਨਾਂ ਜ਼ਰੂਰ ਹੈ ਕਿ ਸਾਡਾ ਜਿਹੜਾ ਤਰੀਕਾ ਹੁੰਦਾ ਇਮਿਊਨ ਸਿਸਟਮ ਸਟਰੋਂਗ ਕਰਨਾ ਜਿਹੜਾ ਤੁਸੀਂ ਆਪ ਵੀ ਕਰ ਸਕਦੇ ਹੋ ਆਪਣੀ ਡਾਈਟ ਨਾਲ ਗੱਲ ਕਿਉਂਕਿ ਕਰੋਨਾ ਵਾਇਰਸ ਦੀ ਮੈਂ ਕਿਹਾ ਸੀ ਤੇ ਪਹਿਲਾਂ ਇਹ ਸਮਝਾਦਾ ਬਹੁਤ ਜ਼ਿਆਦਾ ਲੋਕਾਂ ਨੂੰ ਡਰਾਇਆ ਗਿਆ ਪਿਛਲੇ ਸਾਲ ਵੀ ਹਰ ਹਰ ਸਾਲ ਕੋਈ ਨਾ ਕੋਈ ਵਾਇਰਸ ਆਂਦਾ ਹੈ ਲੇਕਿਨ ਇਹ ਜਿਹੜਾ ਚਾਈਨਾ ਤੋਂ ਚੱਲਿਆ ਐਸ ਵੇਲੇ ਬਹੁਤ ਦੁਨੀਆ ਉਤੋਂ ਅਫੈਕਟਡ ਹੈ ਮੇਰਾ ਸਮਝਾਉਣ ਦਾ ਤਰੀਕਾ ਸਿਰਫ ਇਹ ਹੈ ਕਿ ਤੁਸੀਂ ਜੇ ਕਰਨਾ ਤੇ ਇਹ ਠੀਕ ਹੈ ਹੱਥ ਜਰੂਰ ਬਾਰ-ਬਾਰ ਧੋ ਪਬਲਿਕ ਪਲੇਸਿਸ ਤੇ ਜਿਆਦਾ ਅਵੋਇਡ ਕਰੋ ਠੰਡ ਤੋਂ ਜਿਆਦਾ ਬਚੋ ਜੇ ਕਿਸੇ ਨੂੰ ਨਿਛਾ ਨਜ਼ਲਾ ਰੇਸ਼ਾ ਜ਼ੁਕਾਮ ਫਲੂ ਨਜ਼ਰ ਆਂਦਾ ਉਹਦੇ ਕੰਟੈਕਟ ਤੋਂ ਦੂਰ ਰੋ ਜੇ ਹੱਥ ਮਿਲਾ ਲਿਆ ਹੱਥ ਧੋ ਔਰ ਉਹ ਹੱਥ ਧੋ ਕੇ ਉਸੇ ਵੇਲੇ ਅੱਖਾਂ ਨੂੰ ਜਾਂ ਮੂੰਹ ਨੂੰ ਨਾ ਲਾਓ ਆਮ ਗੱਲ ਜਿਹੜੀ ਹੈ ਬਹੁਤੇ ਮਹਿੰਗੇ ਮਹਿੰਗੇ ਸੈਨੀਟੇਸ਼ਨ ਤੁਹਾਨੂੰ ਸੈਨੀਟਾਈਜ਼ਰ ਵੀ ਜ਼ਰੂਰਤ ਨਹੀਂ ਲੈ ਸੇ ਬਾਈ ਕਰਨ ਦੀ ਬਾਈ ਬਹੁਤ ਦੁਨੀਆ ਇਸ ਵੇਲੇ ਦੇਖੋ ਸਟੋਰਾਂ ਨੇ ਉਹਨਾਂ ਚੀਜ਼ਾਂ ਦਾ ਜਿਹੜੀ ਡਾਲਰ ਦੀ ਹੈ 5 5 6 6 ਡਾਲਰ ਦੀ ਵੇਚ ਰਹੇ ਕਿਉਂਕਿ ਉਹਨਾਂ ਦਾ ਬਿਜ਼ਨਸ ਉਹਨਾਂ ਨੂੰ ਪਤਾ ਹੈ ਪਬਲਿਕ ਫਸੀ ਆ ਆਮ ਗ੍ਰੋਸਰੀ ਸਟੋਰਾਂ ਦੇ ਵਿੱਚ ਤੁਸੀਂ ਚੀਜ਼ਾਂ ਇਹ ਬਾਈ ਕਰ ਰਹੇ ਹੋ ਬਟ just to be cautious all you have to do take the precautions precautions ka matlab sirf ye hai ke har us jagah to bacho matlab zyada aajkal public places ja jithe zyada rush hai utthe na jao bahut ta kise nu embrace na karo jaffiyan juffiyan paaniyan band karo zara kise na jaffi pa lende ho fir odde to baad immediate tusi hand wash karo ਜੇ ਤੁਹਾਨੂੰ ਡਾਊਟ ਹੈ ਵੀ ਇਹਨੂੰ ਥੋੜੀ ਜਿਹੀ ਕੋਈ ਨਜ਼ਲਾ ਰੇਸ਼ਾ ਨਿਛਾ ਜਾਂ ਅੱਖਾਂ ਲਾਲ ਹੋਈਆਂ ਜਾਂ ਖਾਂਸੀ ਆ ਰਹੀ ਆ ਉਹਦੇ ਤੋਂ ਜਿੰਨਾ ਵੋਇਡ ਕਰ ਸਕੋ ਠੀਕ ਜਿੱਦਾਂ ਮੈਂ ਕਿੰਨੀ ਵਾਰੀ ਕਿਹਾ ਸਮੋਕੀ ਡਸਟੀ ਪੋਲੂਸ਼ਨ ਤੋਂ ਦੂਰ ਰੋ ਉਹ ਇਸ ਕਰਕੇ ਕਿ ਜਿਨ੍ਹਾਂ ਨੂੰ ਕੋਈ ਬ੍ਰੌਂਕਾਈਟਸ ਹੈ ਐਸਥਮਾ ਅਪਰ ਰੈਸਪੀਟਰੀ ਇਨਫੈਕਸ਼ਨ ਹੈ ਉਹ ਚੀਜ਼ਾਂ ਇਹ ਚੈਸਟ ਬਲੌਕ ਨੂੰ ਗੱਲ ਕੀ ਹੈ ਕਿ ਇਹ ਜਿਹੜਾ ਵਾਇਰਸ ਹੈ ਗਲੇ ਤੋਂ 10 ਮਿੰਟ ਬਾਅਦ ਸਾਰੇ ਸਰੀਰ 'ਚ ਫੈਲ ਜਾਂਦਾ ਜੇ ਥੋੜਾ ਜਿਹਾ ਇਹ ਡਿਫਰੈਂਟ ਹੈ ਕਈ ਤਰ੍ਹਾਂ ਦੇ ਵਾਇਰਸ ਅੱਗੇ ਹੋਏ ਕਿੰਨੀਆਂ ਡੈਥਸ ਹੋਈਆਂ ਕਿੰਨਾ ਫਲੂ ਹੈ ਲੇਕਿਨ ਇਹ ਥੋੜਾ ਡੇਂਜਰਸ ਇਸ ਕਰਕੇ ਆ ਕਿ ਇਟਸ ਸਪਰੈਡਸ ਅ ਲिटल ਫਾਸਟਰ ਉਹਦਾ ਤੁਸੀਂ ਇੰਨਾ ਹੀ ਬਾਰ ਬਾਰ ਕਹਿ ਰਹੇ ਆ ਕਿ ਹੈਂਡਸ ਨੂੰ ਵਾਸ਼ ਕਰੋ ਜਿੰਨੀ ਵਾਰੀ ਮੌਕਾ ਮਿਲਦਾ ਹੈਂਡਸ ਨੂੰ ਵਾਸ਼ ਕਰੋ ਜਾਂ ਬੜੇ ਸੋਨੇ ਸੈਨੀਟਰੀ ਨੈਪਕਿੰਸ ਵੀ ਮਿਲਦੇ ਨੇ ਉਹ ਤੁਸੀਂ ਕੋਲ ਰੱਖੋ ਉਹਦੇ ਨਾਲ ਹੱਥ ਨੂੰ ਆਪਣੇ ਕਲੀਨ ਕਰ ਲਓ ਵਾਸ਼ ਕਰ ਲਓ ਜੇ ਕਿਸੇ ਨੂੰ ਤੁਹਾਨੂੰ ਲੱਗਦਾ ਹੈ ਇਸ ਕਰਕੇ try to avoid embracing ਜਿਹੜੇ ਬਹੁਤ ਜ਼ਿਆਦਾ ਹੱਗਿੰਗ ਵਗੈਰਾ ਅਮਬ੍ਰੇਸਿੰਗ ਵਗੈਰਾ ਜੱਫੀਆਂ ਵਫੀਆਂ ਪਪੀਆਂ ਬੰਦ ਕਰੋ ਇਹ ਮਾਰਚ ਦੇ ਐਂਡ ਤੱਕ ਜ਼ਿਆਦਾ ਚਾਂਸਸ ਜੇ ਟੈਂਪਰੇਚਰ ਠੀਕ ਨਿਕਲ ਗਿਆ ਇੱਕ ਯਾਦ ਰੱਖਣਾ ਜੇ ਟੈਂਪਰੇਚਰ 37 ਤੋਂ 30 40 ਡਿਗਰੀ ਸੈਲਸੀਅਸ ਰਹੇ ਤਾਂ ਫਿਰ ਠੀਕ ਆ ਜਿੰਨਾ ਟੈਂਪਰੇਚਰ ਵਧੇਗਾ ਗਰਮੀਆਂ ਦੇ ਵਿੱਚ ਚਾਂਸਸ ਘਟੇ ਮੇਰੇ ਹਿਸਾਬ ਨਾਲ ਤਾਂ ਇਹ ਮਾਰਚ ਤੋਂ ਬਾਅਦ ਇਹ ਚਾਂਸਸ ਘਟ 30th ਮਾਰਚ ਤੱਕ ਇਹਦੇ ਇਨਫੈਕਸ਼ਨ ਦੇ ਚਾਂਸਸ ਜ਼ਿਆਦਾ ਹੈ। ਔਰ ਜੇ ਕੋਈ ਹਸਪਟਲਾਈਜ਼ ਹੋਇਆ ਗਿਆ ਤੇ ਉਹ ਤੋਂ ਕੰਟੈਕਟ ਤੋਂ ਦੂਰ ਰਹੋ। ਗਲੇ ਨੂੰ ਖੁਸ਼ਕ ਨਾ ਹੋਣ ਦਿਓ ਪਾਣੀ ਜ਼ਿਆਦਾ ਪੀਓ ਜਦੋਂ ਤੁਹਾਨੂੰ ਲੱਗਾ ਵੀ ਗਲਾ ਖੁਸ਼ਕ ਹੋ ਰਿਹਾ। ਉਸੇ ਵੇਲੇ ਪਾਣੀ ਪੀਓ। ਔਰ बार-बार ਦੱਸ ਰਿਆਂ ਜੇ ਨਜ਼ਲਾ ਰੇਸ਼ਾ ਕਾਂਸੀ ਜੁਕਾਮ ਦੇ ਸਿੰਪਟਮਸ ਹੋਣ ਲੱਗਣ ਇਮੀਡੀਏਟਲੀ ਹੋਰ ਨਹੀਂ ਤੇ థੈਰਾਫਲੂ ਸੈਚਰਸ ਮਿਲ ਜਾਂਦੀ ਆ ਆਮ ਗ੍ਰੋਸਰੀ ਸਟੋਰ ਤੇ ਉਹ ਲੈ ਲਓ ਜੇ ਟੈਂਪਰੇਚਰ ਲੱਗਦਾ ਹੋ ਰਿਹਾ ਇਮੀਡੀਏਟ ਤੁਸੀਂ ਭਾਵੇਂ ਕਰੋਸਸਿਨ ਲੈ ਲਓ ਮੈਟਾਸਿਨਲੋ ਟੈਲਿੰਨੋ ਲੈ ਲਓ ਪੈਰਾਸੀਟਾਮੋਲ ਲੈ ਲਓ ਜਿਹੜੇ ਮੈਂ థੈਰਾਫਲੂ ਸੈਚਰਡ ਦੱਸੇ ਉਹਦੇ ਚ ਆਲਰੇਡੀ ਹੁੰਦੇ ਕਫ ਸਰਪ ਵੀ ਪੀ ਸਕਦੇ ਹੋ ਲੇਕਿਨ ਬਾਰ ਬਾਰ ਕਹ ਰਿਆਂ antibiotic ਦਾ ਕੋਈ ਰੋਲ ਨਹੀਂ ਮੈਂ ਲੱਖਾਂ ਐਪੀਸੋਡ ਚ ਕਹਿ ਚੁੱਕਾ ਕਿ ਜੇ ਫਲੂ ਜਾਂ ਕੋਲਡ ਜਾਂ ਇਨਫਲੂਐਂਜ਼ਾ ਇੱਕ ਵਾਰੀ ਹੋ ਜਾਏ ਤੇ ਮੈਂ ਹਮੇਸ਼ਾ ਕਿਹਾ ਇਫ ਯੂ ਟੇਕ ਮੈਡੀਸਨ ਇਟ ਵਿਲ ਟੇਕ 14 ਡੇਜ਼ ਇਫ ਯੂ ਡੋਨਟ ਟੇਕ ਮੈਡੀਸਨ ਇਟ ਵਿਲ ਟੇਕ 1 ਵੀਕ 2 ਵੀਕਸ ਦੈਟ ਮੀਨਸ ਥਿਸ ਵੇਅਰ ਦੈਟ ਵੇ ਇਨੇ 2 ਹਫਤੇ ਲੱਜਾਣੇ ਆ ਇਹ ਗੱਲ ਆਮ ਕੋਲਡ ਫਲੂ ਦੀ ਆ ਲੇਕਿਨ ਜਿਹੜਾ ਕਰੋਨਾ ਵਾਇਰਸ ਹੈ ਉਹਦੇ ਤੋਂ ਬਚਣ ਦਾ ਤਰੀਕਾ ਸਿਰਫ ਇਹ ਹੀ ਆ ਕਿ ਪਹਿਲੀ ਗੱਲ ਤੇ ਸਟ्रेस ਤੋਂ ਬਚੋ ਐਨਾ ਪੈਨਿਕ ਨਾ ਹੋਵੋ ਪਬਲਿਕ ਪਲੇਸਿਸ ਤੇ ਨਾ ਜਾਵੋ ਠੰਡ ਤੋਂ ਬਚੋ ਆਪਣੇ ਆਪ ਨੂੰ ਵਾਮ ਰੱਖੋ ਮੇਰੇ ਕੋਲੋਂ ਤੁਹਾਨੂੰ ਹਰ ਤਰ੍ਹਾਂ ਦੇ ਉਹ ਡਿਫਿਊਜ਼ਰ ਮਿਲੇ ਇਹੋ ਜਿਹੇ ਆਇਲਸ ਮਿਲੇ ਜਿਹਦੀ ਤੁਸੀਂ ਭਾਫ ਲੈਣੀ ਹੈ ਜਿੱਦਾਂ ਆਮ ਜੇ ਹੋਰ ਨਹੀਂ ਤੇ ਸੌਣ ਲੱਗਿਆਂ ਭਾਵੇਂ ਵਿਕਸੀ ਥੋੜੀ ਜੀ ਨੱਕ ਤੇ ਚੈਸਟ ਤੇ ਕੰਨਾਂ ਤੇ ਆਲੇ ਦੁਆਲੇ ਮਰ ਲਿਓ ਯੂਕਲਿਪਟਸ ਆਇਲ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਕੀ ਕਰਦੀਆਂ ਕਿ ਤੁਹਾਡੇ ਨੀਜ਼ਲ ਪੈਸੇਜਸ ਨੂੰ ਬਲੌਕ ਹੋਣ ਤੋਂ ਬਚਾਉਂਦੀਆਂ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਤੇ ਜਾਂਦਾ ਜੇ ਸਿੱਧਾ ਗਲੇ 'ਚ ਗਲੇ ਤੋਂ ਬਾਅਦ 10 ਮਿੰਟ 'ਚ ਸਾਰੇ ਬਾਡੀ 'ਚ ਫੈਲ ਕੇ ਤੇ 3-4 ਦਿਨ 'ਚ ਬੰਦੇ ਦੀ ਡੈਥ ਹੋ ਜਾਂਦੀ ਜੇ ਇਸ ਕਰਕੇ ਮੈਂ ਦੱਸਿਆ ਕਿ ਇਸ ਵਾਇਰਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਬਹੁਤਾ ਐਕਸਪੋਜ਼ਰ ਤੋਂ ਬਚੋ ਬਹੁਤਾ ਠੰਡ ਤੋਂ ਬਚੋ ਆਪਣੇ ਆਪ ਨੂੰ ਸਰੀਰ ਨੂੰ ਗਰਮ ਰੱਖੋ ਬਾਡੀ ਟੈਂਪਰੇਚਰ ਮੇਨਟੇਨ ਰੱਖੋ ਗਰਮ ਪਾਣੀ ਪੀ ਲਿਆ ਕਰੋ ਗਰਮ ਪਾਣੀ ਦੇ ਘਰਾਰੇ ਕਰੋ ਜਿੰਜਰ ਟੀ ਪੀਓ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖਣ ਦੇ ਲਈ ਤੁਹਾਡੇ ਆਪਣੇ ਹੱਥ ਚ ਹੋਰ ਕੀ ਤੁਸੀਂ ਕਰ ਸਕਦੇ ਹੋ ਬੜੇ ਧਿਆਨ ਨਾਲ ਸੁਣਨਾ ਜੇ ਤੁਸੀਂ ਚੀਜ਼ ਹੋਰ ਕੋਈ ਪ੍ਰੇਜ਼ ਕਰਨਾ ਹੈ ਤੇ ਠੰਡੀ ਚੀਜ਼ ਆਈਸਕ੍ਰੀਮ ਨਹੀਂ ਖਾਣੀ ਕੋल्ड ਕਾਫੀ ਨਹੀਂ ਕੋਲਡ ਡਰਿੰਕਸ ਨਹੀਂ ਕੋਲਡ ਜੂਸਿਸ ਨਹੀਂ ਕੋਲਡ ਬੈਵਰੇजेस ਨਹੀਂ ਹੌਟ ਟੀ ਪੀਣੀ ਹੈ ਹੌਟ ਚਾਕਲੇਟ ਲੈ ਲਓ ਨਹੀਂ ਤੇ ਡੇਰੀ ਪ੍ਰੋਡਕਟਸ ਨਹੀਂ ਲੈਣੇ ਕੋਲਡ ਬੈਵਰੇजेस ਨਹੀਂ ਪੀਣੀਆਂ ਇਹ ਮਾਰਚ ਦਾ ਮਹੀਨਾ ਜਿੰਨਾ ਠੰਡੀਆਂ ਚੀਜ਼ਾਂ ਤੋਂ ਬਚ ਜਾਓ ਵੜਾ ਪਾਓ ਨਹੀਂ ਖਾਣਾ ਇਹ ਚੀਜ਼ਾਂ ਜੇ ਕਰੋਨਾ ਵਾਇਰਸ ਤੋਂ ਬਚਣ ਲਈ ਆਈਸਕ੍ਰੀਮ ਚਾਕਲੇਟ ਕੋਲਡ ਕਾਫੀ ਕੋਲਡ ਡਰਿੰਕ ਕੋਲਡ ਜੂਸਸ ਕੋਲਡ ਬੈਵਰੇਜਸ ਟਰਾਈ ਟੂ ਅਵੋਇਡ ਕਹਿਣ ਦਾ ਭਾਵ ਕਰੋਨਾ ਵਾਇਰਸ ਤੋਂ ਬਚਣਾ ਤੇ ਜਿਆਦਾ ਤੋਂ ਜਿਆਦਾ ਠੰਡੀਆਂ ਚੀਜ਼ਾਂ ਥੋੜੇ ਦਿਨ ਲਈ ਅਵੋਇਡ ਕਰ ਦਿਓ ਜਦੋਂ ਗਰਮੀ ਆ ਜਾਏਗੀ ਸ਼ਾਇਦ ਇਹਦੇ ਚਾਂਸਸ ਬਹੁਤ ਘਟ ਜਾਣ ਇਸ ਵੇਲੇ ਸਾਰੀ ਵਰਲਡ ਚ ਬਹੁਤ ਸਪਰੈਡ ਕਰ ਚੁੱਕਾ ਹੈ ਕਿਉਂਕਿ ਦੁਨੀਆ ਬਹੁਤ ਪੈਨਿਕ ਹੋ ਚੁੱਕੀ ਹੈ ਜਿਹਦੇ ਕਰਕੇ ਮੈਂ ਸਟਾਰਟ ਕਰੋਨਾ ਵਾਇਰਸ ਤੋਂ ਕੀਤਾ ਕਾਫੀ ਪੇਸ਼ੈਂਟਸ ਦੀਆਂ ਕਾਲਸ ਆਈਆਂ ਡਾਕਟਰ ਸਾਹਿਬ ਕੋ ਕਰੋਨਾ ਵਾਇਰਸ ਬਾਰੇ ਦੱਸੋ ਉਹਨਾਂ ਦੀ ਨੌਲੇਜ ਲਈ ਮੈਂ ਰਿਪੀਟ ਕਰਦਾ ਕਿ ਇਟ ਇਜ਼ ਨਾਥਿੰਗ ਨਿਊ ਵਾਇਰਸ ਦਾ ਕੀ ਮਤਲਬ ਹੈ ਵਾਇਰਸ ਇੱਕ ਐਸੀ ਚੀਜ਼ ਹੈ ਜਿਹਦਾ ਕੋਈ ਵੀ ਕੁਝ ਨਹੀਂ ਕਰ ਸਕਦਾ ਕਈ ਕਹਿੰਦੇ ਜੀ ਇਹਦਾ ਸਾਡੇ ਕੋਲ ਕੋਈ ਇਲਾਜ ਨਹੀਂ ਉਹ ਅਸੀਂ ਵੀ ਅੱਜ ਤੱਕ ਕਹਿੰਦੇ ਰਹੇ ਕਿ ਐਲੋਪੈਥੀ ਚ ਵੀ ਤੁਹਾਨੂੰ ਹਮੇਸ਼ਾ ਜਦੋਂ ਫਲੂ ਹੁੰਦਾ ਐਂਟੀਬਾਇਓਟਿਕਸ ਦਿੰਦੇ ਨੇ ਬੈਕਟੀਰੀਆ ਨੂੰ ਮਾਰਨ ਲਈ ਬੈਕਟੀਰੀਸਾਈਡਲ ਐਂਟੀਬਾਇਓਟਿਕ ਕੰਮ ਕਰ ਜਾਂਦੇ ਆ ਵਾਇਰਸ ਨੂੰ ਮਾਰਨ ਲਈ ਐਂਟੀਬਾਇਓਟਿਕ ਵੀ ਕੁਝ ਨਹੀਂ ਕਰਦੇ ਇਸ ਕਰਕੇ ਸਾਡਾ ਜਿਹੜਾ ਟ੍ਰੀਟਮੈਂਟ ਹੈ ਤੁਹਾਡੀ ਨੌਲੇਜ ਲਈ ਦੱਸਾਂ ਮੇਰੇ ਕੋ ਇਹੋ ਜੇ ਤੇਲ ਕਿੰਨੀ ਦੁਨੀਆ ਨੂੰ ਗਏ ਇਹੋ ਜੇ ਡਿਫਿਊਜ਼ਰ ਕਿੰਨੀ ਦੁਨੀਆ ਨੂੰ ਭੇਜੇ ਡਿਫਿਊਜ਼ਰ ਦਾ ਕੀ ਮਤਲਬ ਹੈ ਕਿ ਤੁਸੀਂ ਘਰ 'ਚ ਕਿਤੇ ਵੀ ਉਹ ਇੱਕ ਡਿਫਿਊਜ਼ਰ ਹੁੰਦਾ ਉਹਦੇ 'ਚ ਪਹਿਲਾਂ ਉਹਦੇ ਤੇ ਨਿਸ਼ਾਨ ਲੱਗਾ ਹੁੰਦਾ ਪਾਣੀ ਪਾ ਦਿਓ ਉਹਦੇ ਬਾਅਦ 'ਚ 10 ਕ ਡ੍ਰੌਪ ਆਇਲ ਮੇਰੇ ਕੋ ਆਇਲ ਵੀ ਉਹ ਮਿਲਦੇ ਆ ਉਹ 10 ਬੂੰਦਾਂ 'ਚ ਪਾ ਦਿਓ ਤੇ ਪਲੱਗ ਇਨ ਕਰ ਦਿਓ ਸਾਰਾ ਘਰ ਤੁਹਾਡਾ ਡਿਫਿਊਜ਼ ਨਾਲ ਉਹਦੇ ਨਾਲ ਉਹ ਇਨਹੇਲੇਸ਼ਨ ਜਿਹੜੀ ਹੈ ਤੁਹਾਡਾ ਅਪਰ ਰੈਸਪੀਰੇਟਰੀ ਟ੍ਰੈਕ ਇਨਫੈਕਸ਼ਨ ਤੋਂ ਤਾਂ ਦੀ ਚੈਸਟ ਕੰਜੈਸ਼ਨ ਤੋਂ ਬਚਾਉਂਦੀ ਆ ਫਲੂ ਤੁਲਜਵਾਉਂਦੀ ਮਤਲਬ ਕਹਿਣ ਦਾ ਭਾਫ਼ ਲੈਣੀ ਨਹੀਂ ਤੇ ਕਫ ਆਇਲ ਮੇਂ ਬੜੀ ਦੁਨੀਆ ਨੂੰ ਭੇਜਿਆ ਤੁਸੀਂ ਪਾਣੀ ਬੋਇਲ ਕਰ ਲਓ ਪਤੀਲਾ ਰੱਖ ਕੇ 10 ਬੂੰਦਾਂ ਉਹਦੇ ਚ ਪਾ ਦਿਓ ਢੱਕਣ ਰੱਖ ਦਿਓ ਸਿਰ ਟੂ ਢੱਕ ਕੇ ਉਹਦੀ ਭਾਫ਼ ਲੋ ਕਹਿਣ ਦਾ ਪਾਫ਼ ਯੁਕਲਿਪਟਸ ਦੀ ਪਾਫ਼ ਲੈ ਲਓ ਕਫ ਆਇਲ ਦੀ ਪਾਫ਼ ਲੈ ਲਓ ਨਾਸਾ ਆਇਲ ਦੀ ਪਾਫ਼ ਲੈ ਲਓ ਮੈਂਥੋਲ ਲਿਪਟਸ ਆਇਲ ਦੀ ਪਾਫ਼ ਲੈ ਲਓ ਯੁਕਲਿਪਟਸ ਆਇਲ ਦੀ ਪਾਫ਼ ਲੈ ਲਓ ਮੇਰੇ ਕੋਲ ਤੁਹਾਨੂੰ ਕਈ ਤਰ੍ਹਾਂ ਦੇ ਤੇਲ ਮਿਲ ਸਕਦੇ ਆ ਬਿਨਾ ਦਵਾਈਆਂ ਤੋਂ ਤੁਸੀਂ ਠੀਕ ਹੋ ਸਕਦੇ ਹੋ ਯੂ ਆਰਟੀਆਈ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਇੱਕ ਗੱਲ ਯਾਦ ਰੱਖਣਾ ਇਸ ਵਾਇਰਸ ਦਾ ਇੱਕੋ ਹੀ ਖਤਰਾ ਕਿ ਜੇ ਇਹ ਗਲੇ ਤੱਕ ਉੱਪਰ ਉੱਪਰ ਵੀ ਠੀਕ ਆ ਇਸੇ ਤਰ੍ਹਾਂ ਜਿੱਦਾਂ ਮੈਂ ਕੋਲਡ ਦੀ ਗੱਲ ਕੀਤੀ ਫਲੂ ਦੀ ਇਮਿਊਨ ਸਿਸਟਮ ਦੀ ਕਿ ਜਿੰਨੇ ਇਹ ਵਾਇਰਲ ਪ੍ਰੋਬਲਮਸ ਹੁੰਦੀਆਂ ਇਹ ਗਲੇ ਤੋਂ ਥੱਲੇ ਜਦੋਂ ਫੇਫੜਿਆਂ ਤੇ ਚੱਲ ਜਾਂਦੇ ਤਾਂ ਫੇਰ ਪ੍ਰੋਬਲਮ ਆਉਂਦੀ ਆ ਫੇਰ ਸਾਹ ਰੁਕ ਸਕਦਾ ਬਰੌਂਕਾਈਟਸ ਹੋ ਜਾਂਦੀ ਆ ਐਸਥਮਾ ਹੋ ਜਾਂਦੀ ਆ ਇਹ ਤਾਂ ਆਮ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਦੀਆਂ ਗੱਲਾਂ ਲੇਕਿਨ ਕਰੋਨਾ ਵਾਇਰਸ ਤੋਂ ਬਚਣ ਲਈ ਸਰੀਰ ਦੀ ਸਫਾਈ ਰੱਖੋ ਸ਼ਾਬਰ ਲਓ ਗਰਮ ਪਾਣੀ ਨਾਲ ਲਓ ਗਰਮ ਪਾਣੀ ਪੀਓ ਕੰਟੈਜੀਅਸ ਹੈ ਵਾਇਰਲ ਹੈ ਜਿਆਦਾ ਪਬਲਿਕ ਪਲੇਸਿਸ ਤੋਂ ਬਚੋ ਜਿਆਦਾ ਕੰਟੈਕਟ ਚ ਨਾ ਹੋ ਬਾਹਰ ਘੱਟ ਨਿਕਲੋ 50 60 60 ਸਾਲ ਦੇ ਬੰਦੇ ਜਿਹੜੇ ਨੇ 60 ਤੋਂ ਉੱਪਰ ਨੇ ਉਹਨਾਂ ਨੂੰ ਅਵੋਇਡ ਇਹੇ ਕਰੋ ਕਿ ਅੱਜ ਕੱਲ ਥੋੜਾ ਬਾਰ ਘਟ ਜਾ। ਠੀਕ ਹੈ ਆਪਾਂ ਗੁਰਦੁਆਰੇ ਵੀ ਜਾਂਦੇ ਆਂ ਲੇਕਿਨ ਕੋਈ ਪਤਾ ਨਹੀਂ ਇੱਕ ਕਿਦੇ ਥਰੂ ਕਦੋਂ ਕਿਸੇ ਵਿੱਚ ਆ ਜਾਣਾ। ਜਦੋਂ ਕਿਸੇ ਨਾਲ ਬਹੁਤਾ ਤੁਸੀਂ ਹੱਥ ਮਲਾਣਾ ਜਾਂ ਜੱਫੀ ਪਾਣੀ ਹੈ ਕੰਟੈਗਿਅਸ ਹੈ ਕੋਈ ਪਤਾ ਨਹੀਂ ਕਦੋਂ ਅੰਦਰ ਚੱਲ ਜਾਣਾ। ਸਾਰ ਰਸਤੇ ਨੱਕ ਰਸਤੇ ਜਦੋਂ ਕੋਈ ਨਿਸ਼ਾ ਵਾਇਰਸ ਕਰ ਰਿਹਾ ਈਵਨ ਉਹ ਨੱਕ ਪੂੰਝ ਕੇ ਵੀ ਜਿਹੜਾ ਥੱਲੇ ਸੁੱਟ ਦਿੰਦਾ ਵਾਇਰਸ ਉੱਥੋਂ ਵੀ ਕਿਤੇ ਨਿਕਲ ਸਕਦਾ। ਸੋ ਟ੍ਰਾਈ ਟੂ ਅਵੋਇਡ ਦਾ ਕੰਟੈਕਟ ਦਾ ਬਾਡੀ ਕੰਟੈਕਟ। ਆਮ ਜਸਟ ਰਿਪੀਟਿੰਗ ਕਿ ਮੈਂ ਸੋਚਿਆ ਇਹ ਸੀ ਕਿ ਕਰੋਨਾ ਵਾਇਰਸ ਬਾਰੇ ਚਾਰ ਗੱਲਾਂ ਕਰਾਂ ਬਾਰ ਬਾਰ ਦੱਸਿਆ ਠੰਡੀਆਂ ਚੀਜ਼ਾਂ ਤੋਂ ਬਚਣਾ ਕੋਲਡ ਡਰਿੰਕਸ ਤੋਂ ਆਈਸਕ੍ਰੀਮ ਤੋਂ ਚਾਕਲੇਟ ਤੋਂ ਕੋਲਡ ਬੈਵਰੇजेस ਤੋਂ ਹੌਟ ਟੀ ਪੀਓ ਹੌਟ ਕਾਫੀ ਕੋਲਡ ਕਾਫੀ ਨਹੀਂ ਪੀਣੀ ਸੌਣ ਲੱਗਿਆਂ ਨੱਕ ਤੇ ਵਿਕਸ ਮਾਲ ਲਓ ਕੰਨ ਤੇ ਨੱਕ ਦੇ ਥੱਲੇ ਇਹ ਇਨਫਲੂਐਂਜ਼ਾ ਫਲੂ ਵਾਇਰਲ ਤੋਂ ਬਚਣਾ ਤੇ ਇਦਾਂ ਦੇ ਟੋਟ ਕੇ ਆਪ ਕਰੋ ਬਰੀਦ ਇਨ ਬਰੀਦ ਆਊਟ ਕਰ ਸਕਦੇ ਹੋ ਲੇਕਿਨ ਉਹ ਆਪਣੇ ਘਰ ਬੈਠ ਕੇ ਬਾਹਰ ਜਾ ਕੇ ਨਹੀਂ ਕਿਉਂਕਿ ਹਵਾ ਚ ਇਸ ਵੇਲੇ ਕਿੱਥੇ ਤੱਕ ਕਿਤੋਂ ਫੈਲਿਆ ਯੂ ਨੇਵਰ ਨੋ ਸੋ ਤੁਹਾਡਾ ਮਤਲਬ ਸਿਰਫ ਕਹਿਣ ਦਾ ਵੀ ਸਭ ਤੋਂ ਜ਼ਿਆਦਾ ਤਰੀਕਾ ਬਚਣ ਦਾ ਤੇ ਠੰਡ ਤੋਂ ਬਚਣਾ ਇਹ ਕਿਉਂਕਿ ਕਰੋਨਾ ਵਾਇਰਸ ਬਾਰੇ ਗੱਲ ਸ਼ੁਰੂ ਕੀਤੀ ਤੇ ਜਿੰਨਾ ਕੁ ਟਾਈਮ ਹੈ ਇਹਦੇ ਬਾਵਜੂਦ ਆਪਾਂ ਗੱਲ ਕਰ ਲਈਏ ਅੱਪ ਰੈਸਪੀਰੇਟਰੀ ਇਨਫੈਕਟ ਟ੍ਰੈਕਟ ਇਨਫੈਕਸ਼ਨ ਦੀ ਇਮਿਊਨਿਟੀ ਦੀ ਕੋਲਡ ਦੀ ਫਲੂ ਦੀ ਵਾਇਰਲ ਦੀ ਗੱਲਾਂ ਉਹ ਹੀ ਆ ਗਈਆਂ ਤੁਹਾਡਾ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਸਾਡੇ ਕੋਲ ਐਨੇ ਅੱਛੇ ਤਰੀਕੇ ਨੇ ਆਯੁਰਵੈਦਿਕ ਸਪਲਾਈ ਜਿਨ੍ਹਾਂ ਦੇ ਵਿੱਚ ਦੇਖੋ ਨੈਚੁਰਲ ਐਂਟੀਬਾਇਓਟਿਕ ਆ ਜਾਂਦੇ ਨੇ ਨੈਚੁਰਲ ਐਂਟੀਬਾਇਓਟਿਕ ਆ ਜਿੱਦਾਂ ਹਾਂ ਤੁਸੀਂ گارਲਿਕ ਜ਼ਿਆਦਾ ਖਾਓ ਹਲਦੀ ਜ਼ਿਆਦਾ ਲਾਓ ਇਦਾਂ ਦੇ ਟੋਟਕੇ ਮੇਰੇ ਕੋ ਭਾਵੇਂ ਜਿੰਜਰ ਟੀ ਪੀ ਲੋ ਜੇ ਲੋ ਸਾਡੇ ਕੋ ਤੁਹਾਨੂੰ ਉਹ ਟੈਬਲੇਟਸ ਜਾਂ ਕੈਪਸੂਲ ਫਾਰਮ ਚ ਮਿਲਣਾ ਹੈ ਉਹਦੇ ਵਿੱਚ ਦੇਖੋ ਐਕੀਨੀਸ਼ੀਆ ਵੀ ਹੋ ਸਕਦੀ ਹੈ ਜਿੰਜਰ ਵੀ ਹੋ ਸਕਦੀ ਹੈ ਟਰਮੈਰਿਕ ਵੀ ਹੋ ਸਕਦੀ ਹੈ ਵੀ ਪ੍ਰੋਪੋਲਿਸ ਵੀ ਹੋ ਸਕਦੀ ਹੈ ਤ੍ਰਿਕਟੂ ਕਾਲੀ ਮਿਰਚ ਵੀ ਹੋ ਸਕਦੀ ਹੈ ਇਹ ਚੀਜ਼ਾਂ ਜਿਹੜੀਆਂ ਨੇਚਰ ਸ਼ਹਿਦ ਹਾਂ ਇਹ ਵੀ ਬੜੀ ਅੱਛੀ ਚੀਜ਼ ਆ ਠੀਕ ਹੈ ਲਾਚੀ ਮਿਸ਼ਰੀ ਸੌਂਫ ਗਲੇ ਚ ਰੱਖ ਲਓ ਲੋਜ਼ੰਜ ਇਸ ਗਲੇ ਚ ਰੱਖ ਲਓ ਇਨਹੇਲ ਇਨਹੇਲੇਸ਼ਨ ਇਨਹੇਲੇਸ਼ਨ ਇਸ ਵੈਰੀ ਨੈਸੈਸਰੀ ਜਿਹੜੀ ਬਾਰ ਬਾਰ ਕਹ ਰਹੇ ਹਾਂ ਪਾਵੇਂ ਤੁਸੀਂ ਸਿੰਪਲ ਪਾਫ ਲਓ ਪਾਵੇਂ ਵਿਕਸ ਦੀ ਪਾਫ ਲਓ ਵਿਕਸ ਦੇ ਲੋਜੇਂਜਸ ਮੂੰਚ ਰੱਖ ਸਕਦੇ ਹੋ ਲੇਕਿਨ ਐਂਟੀਬਾਇਓਟਿਕ ਨੇ ਕੁਝ ਨਹੀਂ ਕਰਨਾ ਵੱਧ ਤੋਂ ਵੱਧ ਜਦੋਂ ਤੁਹਾਨੂੰ ਬੁਖਾਰ ਹੋਣ ਲੱਗੇ ਸਰੀਰ ਚ ਦਰਦਾਂ ਰਹਿਣ ਲੱਗ ਜਨ ਤੇ ਉਸੇ ਵੇਲੇ ਇਸ ਅਟੈਕ ਤੋਂ ਬਚਣ ਲਈ ਡਾਕਟਰ ਨੂੰ ਅਪਰੋਚ ਕਰੋ ਜਾਂ ਮੇਰੇ ਨੰਬਰ ਸਕਰੀਨ ਤੇਾਰੇ ਆ ਰਹੇ ਆਈ ਐਮ ਜਸਟ ਵਨ ਫੋਨ ਕਰ ਲਵੇ ਯਾਦ ਰੱਖਣਾ ਕਿਉਂਕਿ ਕੋਰੋਨਾ ਵਾਇਰਸ ਥੋੜਾ ਡੇਂਜਰਸ ਇਸ ਕਰਕੇ ਆ ਕਿ ਜੇ ਇਹਦੇ ਸਾਈਨ ਸਿੰਪਟਮਸ इमीजिएटली इमीजिएट का मतलब है तुम्हें तो जे लगे भी मैंने बुखार हो रहा या खांसी हो रही या नीचा आ रही है जुकाम हो रहा है नक् वग रहा बार बार एशा हो रहा है ठीक है आम फ्लू हो जाए लेकिन बिकॉज ऑफ द करोना वायरस दीज आर द सिमटम्स वेन यू स्टार्ट फीलिंग दीज काइंड ऑफ सिस्टम्स ट्राई टू कॉन्टैक्ट योर डॉक्टर आर यू कैन कॉल मी माई नंबर ऑन द स्क्रीन यू आर वेलकम टू गिव मी ए कॉल सो प्यारे दर्शकों क्योंकि करोना वायरस बारे गल करते दे, करते दे, देखो इस करके ਓ ਸੱਜਣ ਮਿੱਤਰ ਪੈਨਪਰਾ ਜਿਹੜੇ ਪਹਿਲੀ ਵਾਰੀ ਦੇਖ ਰਹੇ ਉਹਨਾਂ ਦੀ ਨੌਲੇਜ ਲਈ ਇਹਨਾਂ ਦੱਸਣਾ ਕਿ ਇਹਦੇ ਤੋਂ ਇਲਾਵਾ ਵੀ ਕੋਈ ਸ਼ਰੀਰ ਚ ਇੰਨੀਆਂ ਬਿਮਾਰੀਆਂ ਨੇ ਭਾਵੇਂ 슈ਗਰ ਹੈ ਦੇਸੀ ਇਲਾਜ ਬਲੱਡ ਪ੍ਰੈਸ਼ਰ ਹੈ ਕੋਲੇਸਟ੍ਰੋਲ ਹੈ ਹਾਰਟ ਅਟੈਕ ਹੈ ਅਥੀਰੋਸਕਲੇਰੋਸਿਸ ਹੈ ਆਰਟੀਰੀਓਸਕਲੇਰੋਸਿਸ ਹੈ ਐਂਜਾਇਨਾ ਹੈ ਜਾਂ ਬਲੌਕੇਜ ਹੈ ਬਲੌਕੇਜ ਦੇ ਬੜੇ ਕੇਸਿਸ ਨੇ ਮੈਨੂੰ ਦੇਖੋ ਇਸ ਵੇਲੇ ਇੰਗਲੈਂਡ ਆਸਟ੍ਰੇਲੀਆ ਜਰਮਨੀ ਮੈਂ ਪੇਜ ਰਹੇ ਦਵਾਈ ਬਲੌਕੇਜ ਕਈ ਵਾਰੀ ਐਲੋਪੈਥਿਕ ਡਾਕਟਰਸ ਤੁਹਾਨੂੰ ਜਗਾ ਜਗਾ ਭੇਜਣਗੇ ਤੁਹਾਡੇ ਟੈਸਟ ਕਰਾਣਗੇ ਹੁੰਦਾ ਤੇ ਸਿੰਪਲ ਕਈ ਵਾਰੀ ਕੀ ਹੈ ਵੀ ਕੋਲੇਸਟ੍ਰੋਲ ਦਾ ਹੀ ਡੈਪੋਜੀਸ਼ਨ ਹੈ ਜੇ ਟਾਈਮ ਮਿਲਿਆ ਸ਼ਾਇਦ ਅਗਲੇ ਹਫਤੇ ਅਸੀਂ ਉਸ ਟੌਪਿਕ ਤੇ ਗੱਲ ਕਰ ਲਾਂਗੇ ਸੋ ਵਾਟ ਆਈ ਮੀਨ ਟੂ ਸੇ ਡਸਨਟ ਮੈਟਰ ਯੂ ਆਰ ਹੈਵਿੰਗ ਪ੍ਰੋਬਲਮ ਅਬਾਊਟ ਆਰਟੀਰੀਓਸਕਲੇਰੀਓਸਿਸ ਆਰਥੀਰੀਓਸਕਲੇਰੀਓਸਿਸ ਐਂਡ ਜਾਇਨਾ ਪਿਕਟੋਰੀਸ ਹਾਰਟ ਅਟੈਕ ਸ਼ੂਗਰ ਹਾਈਪਰਟੈਂਸ਼ਨ ਹਾਈ ਕੋਲੇਸਟ੍ਰੋਲ ਹੈਡੇਕ ਮਾਈਗਰੇਨ ਸਾਈਨਸ हाँ साइनस तो प्रॉब्लम आ याद आ गया देखो अच्छा गल की करोना वायरस बारे और इन्ने लंबे तो साइनस बारे मैं किन्ने एपीसोड ऑलरेडी कर चुका साइनस का की मतलब है फ्रंटल साइनोसाइटस जे रेशा जमी जमीद मतलब फ्रंटल साइनोसाइटस मैगजिलरी साइनोसाइटस ऑक्सीपिटल साइनोसाइटस मेरा मतलब साइनोसाइटस का मतलब की है ਕਿ ਸਾਈਨਸ ਇਸ ਬਲੌਕ ਨੇ ਵੀ ਉਹਨਾਂ ਰਸਤਿਆਂ 'ਚ ਰੇਸ਼ਾ ਜੰਮੀ ਹੋਈ ਹੈ ਫਰੰਟਲ ਸਾਈਨਸ ਮਤਲਬ ਕਿ ਮੱਥੇ 'ਚ ਰੇਸ਼ਾ ਜੰਮੀ ਹੋਈ ਹੈ ਉਹਦੇ ਨਾਲ ਹੈਡੇਕ ਹੋਏਗੀ ਪ੍ਰਾਈਟਲ ਸਾਈਨੋਸਾਈਟਿਸ ਮਤਲਬ ਸਾਈਡਸ ਤੇ ਇਹਨਾਂ ਚੈਨਲਸ ਤੇ ਰੇਸ਼ਾ ਜੰਮ ਜਾਂਦੀ ਹੈ ਇਹ ਨਾਮ ਮੈਡੀਕਲੀ ਨੇ ਨਾਲ-ਨਾਲ ਹੱਥ ਨਾਲ ਤੁਹਾਨੂੰ ਇਸ਼ਾਰਾ ਕਰਕੇ ਇਸ ਕਰਕੇ ਦੱਸ ਰਿਹਾ ਵੀ ਫਰੰਟੋਸਾਈਨੋਸਾਈਟਿਸ ਪ੍ਰਾਈਟਲ ਸਾਈਨੋਸਾਈਟਿਸ ਮੈਕਸਿਲਰੀ ਸਾਈਨੋਸਾਈਟਿਸ ਇਹਦਾ ਮਤਲਬ ਸਿਰਫ ਇਹ ਹੈ ਕਿ ਸਾਈਨਸ ਇਸ ਬਲੌਕ ਹੋ ਜਾਂਦੇ ਆ ਰੇਸ਼ਾ ਜੰਮ ਜਾਂਦੀ ਹੈ ਜਦੋਂ ਉਹ ਰੇਸ਼ਾ ਜੰਮ ਜਾਏਗੀ ਉਦੋਂ ਤੁਹਾਨੂੰ ਸਭ ਤੋਂ ਪਹਿਲਾਂ ਸਿਰਦਰਦ ਹੋਏਗਾ ਫੇਰ ਨਜ਼ਲਾ ਵਗੈਰ ਨੱਕ ਜਾਏਗਾ ਨਿਛਾਂ ਰੇਸ਼ਾ ਜੁਕਾਮ ਉਹ ਹੀ ਰੇਸ਼ਾ ਗਲੇ 'ਚ ਡਿੱਗਣ ਲੱਗ ਜਾਂਦਾ ਜਿੰਨੂੰ ਪੰਜਾਬੀ 'ਚ ਆਪਾਂ ਕਹਿੰਦੇ ਨੇ ਕੇਰਾ ਗਿਰਦਾ ਜੀ ਉਹ ਰੇਸ਼ਾ ਜਦੋਂ ਗਲੇ 'ਚ ਡਿੱਗਦਾ ਖਾਂਸੀ ਬਲਗਮ ਬਾਰ-ਬਾਰ ਆਏਗੀ ਫੇਰ ਜਦੋਂ ਫੇਫੜਿਆਂ 'ਚ ਚਲੇ ਜਾਏ ਉਦੋਂ ਡੇਂਜਰਸ ਹੈ ਉਦੋਂ ਸੀਰੀਅਸ ਹੈ ਇਤੋਂ ਪਹਿਲਾਂ ਕਿ ਉਹ ਕੇਰਾ ਉਹ ਰੇਸ਼ਾ ਤੁਹਾਡੇ ਫੇਫੜਿਆਂ 'ਚ ਜਾਵੇ ਫੇਰ ਬ੍ਰੌਂਕਾਈਟਸ ਬ੍ਰੌਂਕੀਓਐਕਟੇਸਿਸ ਇਨਫੈਮੋਨੀਆ ਐਸਥਮਾ ਐਸਥਮੈਟਿਕ ਬ੍ਰੌਂਕਾਈਟਸ ਅਲਰਜਿਕ ਬ੍ਰੌਂਕਾਈਟਸ ਇਹ ਚੀਜ਼ਾਂ ਰਾਈਨਾਈਟਸ ਰਾਈਨੋਰੀਆ ਮੇਰਾ ਇਹ ਮੈਡੀਕਲ ਟਰਮੀਨੋਲੋਜੀ ਨੇ ਪੰਜਾਬੀ ਚ ਸਮਝੋ ਵੀ ਨਜ਼ਲਾ ਰੇਸ਼ਾ ਖਾਂਸੀ ਜ਼ੁਕਾਮ ਫੇਫੜਿਆਂ ਦੇ ਵਿੱਚ ਰੇਸ਼ਾ ਪੈ ਜੇ ਤੇ ਭਾਵੇਂ ਦਮਾ ਹੋ ਜੇ ਭਾਵੇਂ ਬ੍ਰੌਂਕਾਈਟਸ ਹੋ ਜੇ ਇਹਨਾਂ ਬਿਮਾਰੀਆਂ ਦਾ ਜੇ ਇਲਾਜ ਹੈ ਤੇ ਸਾਡੇ ਆਯੁਰਵੈਦਿਕ ਚ ਤ੍ਰਿਕਟੂ ਹੈ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਚ ਆਲਰੇਡੀ ਤੁਹਾਡੇ ਜਿਹੜੇ ਰਸੋਈ ਚ ਚੀਜ਼ਾਂ ਜਿਹਦਾ ਮੈਂ ਦੱਸਿਆ ਕਾਲੀ ਮਿਰਚ ਹਲਦੀ ਅਦਰਕ ਲਸਣ ਪਿਆਜ਼ ਇਹ ਚੀਜ਼ਾਂ ਜਿਆਦਾ ਖਾਇਆ ਕਰੋ ਇਮਿਊਨ ਸਿਸਟਮ ਨੂੰ ਵਿਵਧਾਨ ਦੇ ਲਸਣ ਜਿਆਦਾ ਲਓ ਐਲੋਵੇਰਾ ਜੂਸ ਪੀਓ ਐਲੋਵੇਰਾ ਜੈਲ ਲਓ ਔਰ ਬਾਰ ਬਾਰ ਕਹਿੰਦੇ ਠੰਡੀਆਂ ਚੀਜ਼ਾਂ ਤੋਂ ਤੇ ਠੰਡ ਤੋਂ ਬਚਣਾ ਹੈ ਹੋਰ ਕੁਝ ਨਹੀਂ ਕਿਉਂਕਿ ਸਾਡੇ ਨਿਊਯਾਰਕ ਤੇ ਖਿਆਲ ਠੰਡ ਬਹੁਤ ਪਈ ਹੈ ਬਾਕੀ ਠੀਕ ਹੈ ਕੈਲੀਫੋਰਨੀਆ ਸਟੇਟ ਵਾ ਥੋੜਾ ਫਰਕ ਹੈ ਲੇਕਿਨ ਹੁਣ ਵੈਦਰ ਅੱਛਾ ਆ ਰਿਹਾ ਜਿਦਾ ਅੱਜ ਕੁਦਰਤੀ ਵੈਦਰ ਬਹੁਤ ਅੱਛਾ ਹੈ ਇਹ ਮਾਰਚ ਦੇ ਐਂਡ ਤੋਂ ਬਾਅਦ ਸ਼ਾਇਦ ਕਰੋਨਾ ਵਾਇਰਸ ਦੇ ਚਾਂਸਸ ਘਟ ਜਾਣ ਲੇਕਿਨ ਜਿਹੜਾ ਇੱਕ ਵਾਰੀ ਸਪਰੈਡ ਹੋ ਗਿਆ ਉਹਦੇ ਤੋਂ ਤੁਸੀਂ ਥੋੜਾ ਕੰਟੈਕਟ ਚ ਦੂਰ ਰਹਿਣਾ ਸੋ ਪਿਆਰੇ ਦਰਸ਼ਕੋ ਮੇਰਾ ਕਹਿੰਦਾ ਮਤਲਬ ਹੈ ਕਿ ਬਿਮਾਰੀ ਕੋਈ ਹੋਵੇ ਭਾਵੇਂ ਦਰਦਾ ਹੋਣ ਗੰਠੀਆਂ ਹੋਵੇ ਆਰਥਰਾਇਟਸ ਰਿਯੂਮੈਟਡ ਆਰਥਰਾਇਟਸ ਆਸਟਿਓ ਆਰਥਰਾਇਟਸ ਗਾਉਟੀ ਆਰਥਰਾਇਟਸ ਜਿਹੜਾ ਮੈਂ ਕਿੰਨੀ ਵਾਰੀ ਕਿਹਾ ਫਿਸ਼ ਲੈ ਸਕਦੇ ਹੋ ਸਾਲਮਨ ਫਿਸ਼ ਸੈਰਡਿਨ ਫਿਸ਼ ਜੇ ਆਰਥਰਾਇਟਸ ਹੋਵੇ ਉਹਦੇ ਲਈ ਚੰਗੀ ਹੈ ਕੋਲੇਸਟ੍ਰੋਲ ਤੋਂ ਬਚਣਾ ਹੈ ਕੋਲੇਸਟ੍ਰੋਲ ਸਾਰੀ ਦੁਨੀਆ ਦਾ ਜ਼ਿਆਦਾ ਹੈ ਔਰ ਕੋਲੇਸਟ੍ਰੋਲ ਦੇ ਡੈਪੋਜ਼ੀਸ਼ਨ ਨਾਲ ਹੀ ਕਈ ਵਾਰੀ ਬਲਾਕੇਜ ਸ਼ੁਰੂ ਹੋ ਜਾਂਦੀ ਹੈ ਅਗਲੇ ਹਫਤੇ ਸ਼ਾਇਦ ਆਪਾਂ ਜੇ ਟਾਈਮ-ਟਾਈਮ ਲਗਾ ਤੇ ਕੋਈ ਬਲਾਕੇਜ ਬਾਰੇ ਗੱਲ ਕਰ ਲਾਂਗੇ ਲੇਕਿਨ ਅੱਜ ਦਾ ਮੇਨ ਮੁੱਦਾ ਇਹ ਹੀ ਸੀਗਾ ਕਿ ਕਰੋਨਾ ਵਾਇਰਸ ਤੋਂ ਕਿੱਦਾਂ ਬਚਣਾ ਹੈ ਕੀ ਪ੍ਰੀਕੌਸ਼ਨਸ ਨੇ ਬਾਰ-ਬਾਰ ਦੱਸ ਰਿਆਂ ਠੰਡ ਤੋਂ ਬਚੋ ਪਬਲਿਕ ਪਲੇਸਿਸ ਤੇ ਜਾਣ ਤੋਂ ਬਚੋ ਪਬਲਿਕ ਕੰਟੈਕਟ ਤੋਂ ਬਚੋ ਟੂ ਮੱਚ ਕਿੱਸਿੰਗ ਟੂ ਮੱਚ 엠ਬ੍ਰੇਸਿੰਗ ਟੂ ਮੱਚ ਸ਼ੇਕਿੰਗ ਹੈਂਡਸ ਜਰਾ ਕੱਟ ਕਰ ਦਿਓ ਬਹੁਤੇ ਹੱਥ ਨਾ ਮਿਲਾਓ ਬਾਰ-ਬਾਰ ਹੱਥ ਤੋਂ ਬਾਡੀ ਨੂੰ ਜਿੰਨਾ ਠੀਕ ਹੈ ਸ਼ਾਵਰ ਲਓ ਗਰਮ ਪਾਣੀ ਨਾਲ ਲਓ ਸਟੀਮ ਇਨਹੇਲੇਸ਼ਨ ਲਓ ਵੈਕਸ ਦੀ ਪਾਫ ਲਓ ਨੱਕ ਤੇ ਕੰਨਾਂ ਤੇ ਗਲੇ ਤੇ ਸੌਂ ਲਗਿਆ ਵੈਕਸ ਨੂੰ ਮਲ ਕੇ ਸੌਜੋ ਸੌਂ ਲਗਿਆ ਵੀ ਕੋਸਾ ਪਾਣੀ ਪੀ ਲੋ ਸੁੱਤੇ ਉੱਠਦੇ ਵੀ ਕੋਸਾ ਪਾਣੀ ਪੀਓ ਦਿਲ ਕਰੇ ਤਾਂ ਜਿੰਜਰ ਟੀ ਪੀ ਲੋ ਫੇਰ ਬਾਰ ਬਾਰ ਕਿ ਠੰਡ ਤੋਂ ਬਚੋ ਜਿੰਨਾ ਠੰਡ ਤੋਂ ਬਚੋਗੇ ਓਨਾ ਹੀ ਤੁਹਾਡੇ ਚਾਂਸਸ ਫਲੂ ਤੋਂ ਬਚਣ ਦੇ ਕਰੋਨਾ ਵਾਇਰਸ ਤੋਂ ਨੇ ਗਰਮ ਰੱਖਣਾ ਸਰੀਰ ਨੂੰ ਜਿੰਨਾ ਤੁਸੀਂ ਗਰਮ ਰੱਖੋਗੇ ਓਨਾ ਹੀ ਤੁਹਾਡਾ ਆਪਣਾ ਫਾਇਦਾ ਮੇਰਾ ਖਿਆਲ ਹੈ ਕਿ ਸ਼ਾਇਦ ਆਪਣਾ ਟਾਈਮ ਅਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਮੋਸਟ ਵੈਲਕਮ ਥੈਂਕ ਯੂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ